ਧਮਕ ਧਮਕ ਪਾ ਦਿਓ, ਡੀਜੇ ਚਲਾ ਦਿਓ, ਬੇਸ ਚਲਾ ਦਿਓ। ਸਭ ਤੋਂ ਪਹਿਲਾਂ ਸਾਡਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ। ਦੋਸਤੋ, ਅੱਜ ਗੱਲ ਕਰਨ ਜਾ ਰਹੇ ਹਾਂ ਜੀ ਉਸ ਲੜਕੇ ਬਾਰੇ ਜਿਸ ਨੂੰ ਮੁੱਖ ਮੰਤਰੀ ਕਿਹਾ ਜਾਂਦਾ ਹੈ ਤੇ ਆਪਣੇ ਨਵੇਂ ਆਏ ਗਾਣੇ ਧਮਕ ਦੀ ਬੇਸ ਨਾਲ ਮਸ਼ਹੂਰ ਹੋਇਆ ਹੈ, ਜੋ ਕਿ ਹੁਣ ਵੀ ਯੂਟਿਊਬ ਤੇ ਟ੍ਰੈਂਡਿੰਗ ਚੱਲ ਰਿਹਾ ਹੈ। ਇਹ ਬੱਚਾ ਹੁਣ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਉਹ ਬੱਚਾ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਚੋਂ ਬਿਲੋਂਗ ਕਰਦਾ ਹੈ ਤੇ ਉਸਦੇ ਘਰ ਦੇ ਹਾਲਾਤ ਕੁਝ ਨਾਜ਼ੁਕ ਜਿਹੇ ਹਨ ਤੇ ਉਹ ਆਪਣੀ ਆਵਾਜ਼ ਅਤੇ ਬੋਲ ਬਾਣੀ ਕਰਕੇ ਮਸ਼ਹੂਰ ਹੋ ਗਿਆ ਹੈ। ਬਹੁਤ ਸਾਰੇ ਲੋਕ ਉਸ ਤੋਂ ਦੂਰੋਂ ਚੱਲ ਕੇ ਉਹਦੀਆਂ ਵੀਡੀਓ ਬਣਾਉਣ ਆਉਂਦੇ ਹਨ, ਜਿਸ ਕਰਕੇ ਉਹ ਟਿਕਟੋਕ ਤੇ ਵੀ ਬਹੁਤ ਹੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਵਿਵਾਦਾਂ ਵਿੱਚ ਹੋਣ ਕਰਕੇ ਇਸ ਤੇ ਜਗਦੀਪ ਰੰਧਾਵਾ ਨੇ ਵੀ ਕੁਝ ਵਿਚਾਰ ਦਿੱਤੇ ਹਨ। ਦੋਸਤੋ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਵੀਡੀਓ ਨੂੰ ਚਲਦੀ ਲਾਈਕ ਕਰ ਦਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ। ਤੇ ਦੋਸਤੋ, ਤੁਸੀਂ ਦੱਸਣਾ ਕਿ ਤੁਹਾਨੂੰ ਇਹ ਜਗਦੀਪ ਰੰਧਾਵਾ ਦੀ ਵੀਡੀਓ ਕਿਸ ਤਰ੍ਹਾਂ ਲੱਗੀ, ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਦੱਸਣਾ। ਦੋਸਤੋ, ਜਲਦੀ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ। ਧੰਨਵਾਦ। ਧਮਕ ਧਮਕ ਪਾ ਦਿਓ, ਡੀਜੇ ਚਲਾ ਦਿਓ, ਬੇਸ ਚਲਾ ਦਿਓ। ਉਹ ਯਾਰ, ਕਿੰਨਾ ਘੈਂਟ ਬੰਦਾ ਸੀ ਯਾਰ ਮੁੱਖ ਮੰਤਰੀ ਬਾਈ ਬਣੇ। ਉਹ ਜਿਹੜੀਆਂ ਰੌਂਗ ਗੱਲਾਂ ਕਰਦਾ ਉਹ ਤਾਂ ਬੰਦ ਕਰਾ ਦਿਓ, ਪਰ ਐਂਟਰਟੇਨਮੈਂਟ ਚੱਲਣ ਦੇ। ਬਹੁਤ ਲੋਕਾਂ ਦੀ ਟੈਨਸ਼ਨ ਭਰੀ ਜ਼ਿੰਦਗੀ ਆ। ਮੈਂ ਤੁਹਾਨੂੰ ਚੀਮੇ ਬਾਰੇ ਵੀ ਕਿਹਾ ਸੀ ਵੀ ਉਹਨੂੰ ਸੇੜੋ ਨਾ, ਚੱਲੀ ਜਾਣ ਦੇ। ਚੀਮਾ ਦੇਖੋ ਕਿੱਧਰ ਨੂੰ ਪਹੁੰਚ ਗਿਆ ਸੀ, ਅਤੇ ਇਹਨੂੰ ਮੁੱਖ ਮੰਤਰੀ ਨੂੰ ਵੀ ਚੱਲੀ ਜਾਣ ਦੇ। ਧਮਕ ਧਮਕ ਪਾ ਦਿਓ, ਬੇਸ ਬੂਸ ਚਲਾ ਦਿਓ, ਡੀਜੇ ਡੂਏ ਚਲਾ ਦਿਓ। ਧੰਨਵਾਦ ਵੀਰੋ।